ਦਵੇ ਅਸੀਂ ਕਾਲਜ ਟਾਈਮ ਵੇਲੇ ਵੀ ਨਹੀਂ ਸੀਗੇ ਤੇ ਦਬਣਾ ਹੁਣ ਵੀ ਨਹੀਂ ਹੈਗਾ। ਉਹ ਅਰਥੀ ਉੱਤੇ ਵੀ ਮੁੱਛ ਖੜੀ ਜਾਊਗੀ, ਗੁੱਡੀ ਚੜੀ ਜਾਊਗੀ ਉਤਰੇ ਵਾਲੇ ਜੱਟ ਦੀ। ਬਸ ਆਹੀ ਚੀਜ਼ ਹਮੇਸ਼ਾ ਬੰਦੇ 'ਚ ਹੋਣੀ ਚਾਹੀਦੀ ਹੈ। ਕਰਨ ਨੂੰ ਤਾਂ ਅਸੀਂ ਸੌ ਕੇ ਵੀ ਦਿਨ ਕੱਟ ਸਕਦੇ ਹਾਂ, ਪਬਜੀ ਖੇਡ ਕੇ ਵੀ ਦਿਨ ਕੱਟ ਸਕਦੇ ਹਾਂ, ਪਰ ਜਿਹੜੀ ਗੱਲਬਾਤ ਹੈ ਜੇ ਕੁਛ ਕਰਕੇ ਦਿਖਾਈਏ ਕਿਸੇ ਦੇ ਹਿੱਕ 'ਚ ਵੱਜਣਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਹਮੇਸ਼ਾ ਅਰਥੀ ਉੱਤੇ ਵੀ ਮੁੱਛ ਖੜੀ ਜਾਊਗੀ ਗੁੱਡੀ। ਹਾਂ ਤੇ ਫੋਟੋ ਗਾਣਾ ਸੁਣਿਆ ਜੀ ਕਿਸੇ ਨੇ? ਹਾਏ ਹਾਏ ਕਿਆ ਬਾਤ ਹੈ, ਕਿਆ ਬਾਤ ਹੈ। ਫੋਟੋ ਗਾਣੇ ਦੀ ਮੈਂ ਤੁਹਾਨੂੰ ਗੱਲ ਦੱਸਦਾ, ਮੇਰੀ ਫਸਟ ਵੀਡੀਓ ਸੀਗੀ ਜਿਹੜੀ ਮੈਂ ਰੋਮੈਂਟਿਕ ਜਿਹਾ ਹੋ ਕੇ ਕੀਤੀ ਸੀ, ਬਾਕੀ ਤਾਂ ਠਾਠ ਹੋਈ ਕੀਤੀ ਹੈ, ਬਟ ਤੁਸੀਂ ਇੰਨਾ ਪਿਆਰ ਦਿੱਤਾ, ਥੈਂਕ ਯੂ ਥੈਂਕ ਯੂ। ਉਹਦੇ ਵਿੱਚ ਇੱਕ ਸ਼ੋਟ ਸੀਗਾ ਜਦੋਂ ਮੈਂ ਉਹ ਗੋਡਿਆਂ ਦੇ ਭਾਰ ਹੋ ਕੇ ਉਹ ਹੱਥ ਹੈਂਡ ਕਿਸ ਜੀ ਕਰਦੇ ਹਾਂ, ਅਤੇ ਦਲਸ਼ੇਰ ਵੀਰਾ, ਦਲਸ਼ੇਰ ਵੀਰਾ ਟਰੂ ਮੇਕਰ ਜਿਨ੍ਹਾਂ ਨੇ ਵੀਡੀਓ ਕੀਤੀ, ਕਹਿੰਦਾ ਯਾਰ ਵੀਰੇ ਆਹ ਸੀਨ ਕਿਉਂ ਨਹੀਂ ਹੋ ਰਿਹਾ ਤੇਰੇ ਤੋਂ ਵਾਰ ਵਾਰ? ਮੈਂ ਕਦੇ ਕੀਤੀ ਨਹੀਂ ਨਾ ਤਾਂ ਕਰਕੇ। ਫੋਟੋ ਲਾ ਦਈਏ ਜੀ। ਆਏ ਹਾਏ ਹਾਏ ਹੋ ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਹੈ, ਹਰ ਸਾਹ ਨਾਲ ਚੇਤਾ ਤੇਰਾ ਆਊਗਾ। ਅੱਛਾ ਕੁੜੀਆਂ ਵਾਲੀ ਸਾਈਡ ਤਾਂ ਠੀਕ ਆ, ਮੁੰਡਿਆਂ 'ਚੋਂ ਕਿਸੇ ਨੂੰ ਪਸੰਦ ਹੈਗਾ ਗਾਣਾ ਇਹ? ਪੱਕਾ ਸਹੇਲੀਆਂ ਨੂੰ ਸੁਣਾਉਂਦੇ ਹੋਣਗੇ। ਉਹ ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਹੈ, ਹਰ ਸਾਹ ਨਾਲ ਚੇਤਾ ਤੇਰਾ ਆਊਗਾ। ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਛ ਜਾਂਦਾ, ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ। ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਛ ਜਾਂਦਾ, ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ। ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਛ ਜਾਂਦਾ, ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ, ਲੱਗਦਾ ਪਿਆਰ ਮੇਰਾ ਜਾਊਗਾ, ਲੱਗਦਾ ਪਿਆਰ ਮੇਰਾ ਜਾਊਗਾ। ਫਰੇਮ ਵੀ ਬਣਾ ਲੈ ਮੈਂ, ਲੋਬੀ ਵਿੱਚ ਬੈਠ ਕੇ ਸੁਪਨੇ ਸਜਾ ਲੈ ਮੈਂ, ਫੋਟੋਆਂ ਹੀ ਰਹਿਣੀਆਂ ਫਰੇਮ ਵੀ ਬਣਾ ਲੈ ਮੈਂ, ਚੂੜੇ ਵਾਲੀ ਬਾਹ ਰੱਖੀ ਮੋਢੇ ਉੱਤੇ ਮੇਰੇ, ਹੱਥ ਤੇਰੇ ਲੱਕ ਤੇ ਟਿਕਾਉਂਦਾ। ਉਹ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਛ ਜਾਂਦਾ, ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ। ਪਿਆਰ ਮੇਰਾ ਜਾਊਗਾ, ਲੱਗਦਾ ਪਿਆਰ ਮੇਰਾ ਜਾਊਗਾ, ਲੱਗਦਾ ਪਿਆਰ ਮੇਰਾ ਜਾਊਗਾ।
ਅੱਛਾ ਮੇਰਾ ਫੇਵਰੇਟ ਪੈਰਾ ਹੋ ਸੁਣ ਮਾਲਪੁਰ ਵਾਲੀਏ ਸਿੰਘਾ ਤੇਰਾ ਪੈਣਾ ਉਹ ਕਾਡ ਤੇ ਡੱਬਿਆਣਾ ਭਰ ਲੈਣੀ ਪੈਣਾ ਉਹ ਤੇਰੇ ਮੇਰੇ ਵਿਆਹ ਦਾ ਸਦਾ ਦੇਣਾ ਚਾਰੇ ਪਾਸੇ ਇਧਰੋਂ ਹੁਸ਼ਿਆਰਪੁਰ ਵੀ ਉਧਰੋਂ ਗੜ੍ਹ ਸ਼ੰਕਰ ਮਾਲਪੁਰ ਇਧਰੋਂ ਫਗਵਾੜਾ ਹੋ ਤੇਰੇ ਮੇਰੇ ਵਿਆਹ ਦਾ ਸਦਾ ਦੇਣਾ ਚਾਰੇ ਪਾਸੇ ਉਹ ਪਹਿਲਾ ਕਾਰਡ ਤੇਰੇ ਕਰੇ ਮੈਂ ਬੜਾਉਂਗਾ ਉਹ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜੋਗਾ ਉਹ ਲੋਕੀ ਕਹਿੰਦੇ ਮਰ ਕੇ ਤੇਰੇ ਲੱਗ ਤੇ ਟਿਕਾਊਗਾ ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੱਗਦਾ ਪਿਆਰ ਮੇਰਾ ਜਾਊਗਾ ਲੱਗਦਾ ਪਿਆਰ ਮੇਰਾ ਜਾਊਗਾ ਲੈਣੀ ਪੈਣਾ ਉਹ ਹੁਸ਼ਿਆਰਪੁਰ ਵਾਲੀਏ ਆਏ ਸਿੰਘਾ ਤੇਰਾ ਫੈਨਾ ਉਹ ਕਾਰਡ ਤੇ ਡੱਬਿਆਂ ਨਾ ਉਹ ਭਰ ਲੈਣੀ ਪੈਣਾ ਉਹ ਤੇਰੇ ਮੇਰੇ ਵਿਆਹ ਦਾ ਸਦਾ ਦੇਣਾ ਚਾਰੇ ਪਾਸੇ ਇਹ ਪਹਿਲਾ ਕਾਰਡ ਤੇਰੇ ਕਰੇ ਮੈਂ ਬੜਾਉਂਗਾ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਲੱਗਦਾ ਪਿਆਰ ਮੇਰਾ ਜਾਊਗਾ ਲੱਗਦਾ ਪਿਆਰ ਮੇਰਾ ਜਾਊਗਾ ਜੇ ਗਾਣਾ ਵਧੀਆ ਲੱਗਾ ਤਾਂ ਤਾੜੀਆਂ ਮਾਰ ਦਿਓ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ
ਇੱਕ ਗਾਣਾ ਪਿੱਛੇ ਜੇ ਆਇਆ ਸੀ ਮਨਕੀਰਤ ਵੀਰੇ ਨਾਲ ਕਾਲਜ, ਸੁਣਿਆ ਜੀ ਕਿਸੇ ਨੇ ਕਾਲਜ? ਆਏ ਹਾਏ ਹਾਏ ਹਾਏ, ਤੁਸੀਂ ਹੱਲੇ ਹੈਗੇ ਹੋ, ਜਦੋਂ ਨਿਕਲ ਜਾਓਗੇ ਫਿਰ ਪਤਾ ਲੱਗੂ। ਇਹ ਜਿਹੜੀ ਜ਼ਿੰਦਗੀ ਹੈ, ਇੱਕ ਬਚਪਨ, ਇੱਕ ਸਕੂਲ ਟਾਈਮ ਅਤੇ ਇੱਕ ਕਾਲਜ ਲਾਈਫ, ਇਹ ਬੰਦੇ ਨੂੰ ਸਾਰੀ ਉਮਰ ਯਾਦ ਰਹਿੰਦੀ ਹੈ। ਕਿਉਂਕਿ ਇਹਨਾਂ ਪੜਾਵਾਂ ਤੋਂ ਜਦੋਂ ਨਿਕਲਦਾ ਬੰਦਾ ਬਹੁਤ ਕੁਛ ਪਾਉਂਦਾ, ਬਹੁਤ ਕੁਛ ਖਾਉਂਦਾ, ਸਿੱਖਦਾ ਵੀ ਹੈ, ਸਿਖਾਉਂਦਾ ਵੀ ਹੈ, ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੋ ਜੋ ਹੁੰਦਾ ਕਾਲਜ। ਲਵ ਯੂ। ਅੱਛਾ ਜੀ, ਅੱਛਾ ਇੱਕ ਗੱਲ ਹੋਰ ਵੀਰੇ, ਆਵਾਜ਼ ਪੂਰੀ ਆ ਰਹੀ ਹੈ ਨਾ ਪਿੱਛੇ ਤੱਕ? ਆਵਾਜ਼ ਨਹੀਂ ਆ ਰਹੀ ਯਾਰ। ਉਸ ਕਾਲਜ ਨੂੰ ਆਏ ਸਜਦਾ ਮੇਰਾ, ਆਓ ਜਿਸ ਕਾਲਜ ਵਿੱਚ ਪੜਿਆ ਮੈਂ। ਅੱਛਾ ਆਲੀ ਗੱਲ ਮੁੰਡਿਆਂ ਦੇ ਪੱਖ ਦੀ ਹੈ। ਉਹ ਜਿੱਥੇ ਤੁਹਾਡੀ ਆਏ ਬਾਬੋ ਦੇ ਲਈ, ਆਓ ਲੈਕਚਰਾਰ ਨਾਲ ਲੜਿਆ ਮੈਂ। ਉਹ ਬੀਏ ਦੇ ਵਿੱਚ ਉਹ ਮੇਰੀ ਬੜੇ ਸਹੇਲੀ ਹੋਏ, ਪੜਦੇ ਮੇਰੇ ਦੋ ਤਿੰਨ ਸਾਲੇ ਨੇ। ਕਾਲਜ ਦੀ ਜ਼ਿੰਦਗੀ ਦੇ ਤਿੰਨ ਚਾਰ ਹੀ ਭੁੱਲਦੇ ਨਾ, ਉਹ ਸਿੱਖ ਨਾਲ ਆਪਾਂ ਤਾਂ ਪੰਜ ਸਾਲ ਹੀ ਗਾਲੇ ਨੇ। ਕਾਲਜ ਦੀ ਜ਼ਿੰਦਗੀ ਦੇ ਤਿੰਨ ਚਾਰ ਹੀ ਭੁੱਲਦੇ ਨਾ, ਉਹ ਸਿੱਖ ਨਾਲ ਆਪਾਂ ਤਾਂ ਪੰਜ ਸਾਲ ਹੀ ਗਾਲੇ ਨੇ। ਇਹਦੇ ਵਿੱਚ ਇੱਕ ਪੈਰਾ ਹੈ, ਉਹ ਮੈਂ ਆਪਣੇ ਵਾਸਤੇ ਲਿਖਿਆ ਸੀ, ਉਹ ਮੇਰੇ ਖਿਆਲ 'ਚ ਆਡੀਓ ਦੇ ਵਿੱਚ ਹੈ ਨਹੀਂ, ਸੋ ਸੁਣ ਕੇ ਦੇਖਿਓ ਲਾਈਨਾਂ ਵਧੀਆ ਨੇ। ਉਹ ਕੁਝ ਜੀਨਾਂ ਪਾਉਂਦੀਆਂ ਸੀ, ਉਹ ਕੁਝ ਸੂਟ ਪਾਉਂਦੀਆਂ ਸੀ, ਕਾਲਜ ਦੀਆਂ ਕੁਝ ਕੁੜੀਆਂ ਸਾਡੇ ਕਰਕੇ ਆਉਂਦੀਆਂ ਸੀ, ਕੁਝ ਚੀਨਾ ਪਾਉਂਦੀਆਂ ਸੀ, ਕੁਝ ਸੂਟ ਪਾਉਂਦੀਆਂ ਸੀ, ਕਾਲਜ ਦੀਆਂ ਕੁਝ ਕੁੜੀਆਂ ਸਾਡੇ ਕਰਕੇ ਆਉਂਦੀਆਂ ਸੀ, ਕਰਕੇ ਆਉਂਦੀਆਂ ਸੀ, ਸਾਡੇ ਕਰਕੇ ਆਉਂਦੀਆਂ ਸੀ। ਹੁਣ ਇਸ ਗੱਲ ਤੋਂ ਇੰਗਲਿਸ਼ ਦੀ ਮੈਡਮ ਨੇ ਉਹ ਹੁਣ ਵਿਆਹ ਕਰਵਾ ਲਿਆ ਏ, ਹਮ ਮੁੰਡਿਆਂ ਦੇ ਦਿਲ ਦੇ ਤਾਂ ਅਰਮਾਨ ਨਹੀਂ ਜਾਲੇ ਨੇ। ਕਾਲਜ ਦੀ ਜ਼ਿੰਦਗੀ ਦੇ ਚਾਰ ਹੀ ਭੁੱਲਦੇ ਨਾ, ਉਹ ਸਿੱਖ ਨਾਲੇ ਆਪਾਂ ਤਾਂ ਪੰਜ ਸਾਲ ਹੀ ਗਾਲੇ ਨੇ। ਕਾਲਜ ਦੀ ਜ਼ਿੰਦਗੀ ਦੇ ਇੱਕ ਚਾਰ ਹੀ ਭੁੱਲਦੇ ਨਾ, ਸਿੱਖ ਨਾਲੇ ਆਪਾਂ ਤਾਂ ਪੰਜ ਸਾਲ ਹੀ ਗਾਲੇ।
ਇੱਕ ਵਾਰੀ ਆਪਣੇ ਅਧਿਆਪਕਾਂ ਦੇ ਨਾਂ ਤੇ ਤਾੜੀ ਮਾਰ ਦਿਓ।